ਕਾਊ 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 ਦਾ ਬੂਟਾ ਵੀ ਇੱਥੇ ਪਾਇਆ ਜਾਂਦਾ? ਹਾਂ ਪਿਆ। ਬੱਕਰੀਆਂ ਦੀ ਮਰਗੋਨ ਗਜ਼ਾ ਤੁਹਾਡੀ ਕਿਹੜੀ? ਫੁਲਾਈ ਹੈ ਕਾਊ। ਫੁਲਾਈ ਵੀ ਖਾਂਦੇ ਆ? ਕਾਊ ਵੀ ਖਾਂਦੇ? ਕਾਊ ਵੀ ਖਾਂਦੇ ਜੀ, ਕਾਊ ਵੀ ਖਾਂਦੇ। ਮਾਸ਼ਾਅੱਲਾ। ਤੇ ਇੱਥੇ ਦੇਸੀ ਘਿਓ ਵਗੈਰਾ ਨਹੀਂ ਹੁੰਦਾ? ਨਹੀਂ, ਉਹ ਕੋਈ ਕੋਈ ਨਹੀਂ ਹੈ। ਕੋਈ ਪਸੰਦ ਦਾ ਪਹਾੜ ਸਾਡਾ ਖੂਬਸੂਰਤ ਪਹਾੜ ਹੈ ਜੀ, ਪੜਨ ਪਸੰਦ ਕਰਦੇ। ਠੀਕ ਹੈ, ਮਾਸ਼ਾਅੱਲਾ ਜੀ, ਮਾਸ਼ਾਅੱਲਾ, ਸੁਭਾਨ ਅੱਲਾ। ਕੁਦਰਤ ਖੁਦਾ ਦੀ ਨੇ ਸੋਹਣੇ ਜਨਮ ਅਜਨਾ ਬਣਾਏ ਨੇ ਭਾ ਬਣਾਉਣ ਵਾਲਿਆ, ਕੀ ਇਹਨਾਂ ਦੇ ਸਿੰਘਾਂ ਦੇ ਉੱਤੇ ਮਾਸ਼ਾਅੱਲਾ ਤਾਜ ਲਾਏ ਨੇ ਸੋਹਣੇ ਅੱਲਾ ਪਾਕ ਦੀ ਜ਼ਾਤ ਨੇ। ਵੇਖੋ ਮਾਸ਼ਾਅੱਲਾ ਜੀ, ਟੋਰ ਨਖਰਾ ਬੱਕਰੀਆਂ ਦਾ ਮਾਸ਼ਾਅੱਲਾ। ਅਸਲਾਮ ਅਲੈਕਮ ਨਾਜ਼ਰੀਨ, ਵੇਖੋ ਬੱਚੇ ਬਹੁਤ ਖੁਸ਼ ਨੇ ਇਸ ਟਾਈਮ, ਇਹਨਾਂ ਦੀਆਂ ਮਾਵਾਂ ਵਾਪਸ ਆਉਣ ਡਈਆਂ ਨੇ, ਇਸੇ ਖੁਸ਼ੀ 'ਚ ਇਹਨਾਂ ਪੁੱਠੀਆਂ ਬਾਜ਼ੀਆਂ ਵੀ ਮਾਰਦੇ ਨੇ। ਇਹ ਵੇਖੋ ਤੁਸੀਂ, ਮਾਸ਼ਾਅੱਲਾ ਮਾਸ਼ਾਅੱਲਾ, ਚਕਵਾਲੀ ਬੀਤਲ ਬੱਕਰੀ ਦੇ ਜਨਾਬ ਬੱਚੇ ਨੇ ਮਾਸ਼ਾਅੱਲਾ। ਇਹ ਮਾਵਾਂ ਇਹਨਾਂ ਦੀਆਂ ਵੇਖੋ ਪਹਾੜਾਂ ਦੇ ਉੱਤੇ ਚੋਣ ਗਈਆਂ ਸਨ, ਉੱਥੋਂ ਲੋਟ ਕੇ ਆ ਗਈਆਂ, ਸਾਰੇ ਦਿਨ ਦੀਆਂ ਵਿਛੜੀਆਂ, ਅਤੇ ਇਹ ਹੁਣ ਇਸਤਕਬਾਲ ਕਰਨ ਦੇ ਆਪਣੀਆਂ ਮਾਵਾਂ ਦਾ। ਵੇਖੇ ਤੁਸੀਂ ਨਜ਼ਰੀਨ ਇਕਰਾਮ, ਚਕਵਾਲੀ ਬੱਕਰੀਆਂ ਮਾਸ਼ਾਅੱਲਾ ਚਰਾਈ ਕਰਕੇ ਆਪਣੇ ਘਰ ਇਸ ਟਾਈਮ ਤਸ਼ਰੀਫ ਲੈ ਕੇ ਆ ਗਈਆਂ ਨੇ। ਇਹਨਾਂ ਦੇ ਧੀਆਂ ਪੁੱਤਰ ਜਿਹੜੇ ਨੇ ਇਹਨਾਂ ਦੇ ਇਸਤਕਬਾਲ ਕਰਨ ਵਾਸਤੇ ਗੁੱਬੇ ਤਾਬ ਨੇ। ਮਾਸ਼ਾਅੱਲਾ, ਤੁਸੀਂ ਵੇਖ ਲਵੋ ਬੱਕਰੀਆਂ, ਦੋਸਤ ਅਰਬਾਬ ਸ਼ੋਅ ਕਰ ਲਵੋ ਚਕਵਾਲੀ ਬੀਤਲ ਬੱਕਰੀਆਂ ਦਾ। ਠੀਕ ਹੈ, ਮਾਸ਼ਾਅੱਲਾ ਜੀ, ਮਾਸ਼ਾਅੱਲਾ, ਸੁਭਾਨ ਅੱਲਾ। ਕੁਦਰਤ ਖੁਦਾ ਦੀ ਨੇ ਸੋਹਣੇ ਜਨਮ ਅਜਨਾ ਬਣਾਏ ਨੇ ਭਾ ਬਣਾਉਣ ਵਾਲਿਆ, ਕੀ ਇਹਨਾਂ ਦੇ ਸਿੰਘਾਂ ਦੇ ਉੱਤੇ ਮਾਸ਼ਾਅੱਲਾ ਤਾਜ ਲਾਏ ਨੇ ਸੋਹਣੇ ਅੱਲਾ ਪਾਕ ਦੀ ਜ਼ਾਤ ਨੇ। ਵੇਖੋ ਮਾਸ਼ਾਅੱਲਾ ਜੀ, ਟੋਰ ਨਖਰਾ ਬੱਕਰੀਆਂ ਦਾ ਮਾਸ਼ਾਅੱਲਾ ਬਹੁਤ ਪਿਆਰਾ। ਵੇਖੋ ਮਾਸ਼ਾਅੱਲਾ, ਸਾਰੀਆਂ ਸੋਹਣੀਆਂ ਤੋਂ ਸੋਹਣੀਆਂ ਬੱਕਰੀਆਂ ਨੇ। ਅੱਲਾ ਪਾਕ ਇਹਨਾਂ ਦੀ ਖੈਰ ਕਰੇ, ਇਹਨਾਂ ਦੇ ਮਾਲਕਾਂ ਦੀ ਅੱਲਾ ਸੋਹਣਾ ਖੈਰ ਫਰਮਾਏ। ਕਿੰਨੇ ਪਿਆਰੇ ਸਿੰਘ ਨੇ ਮਾਸ਼ਾਅੱਲਾ ਇਹਨਾਂ ਦੇ। ਵੇਖੋ ਇਹ ਬੱਚੇ ਆਪਣੀਆਂ ਆਪਣੀਆਂ ਮਾਵਾਂ ਨੂੰ ਮਿਲਦੇ ਨੇ ਪਏ। ਉਹ ਵੇਖੋ ਤੁਸੀਂ, ਮਾਸ਼ਾਅੱਲਾ, ਆਪਣੀਆਂ ਮਾਵਾਂ ਦਾ ਇਹਨਾਂ ਨੇ ਇਸਤਕਬਾਲ ਕੀਤਾ ਬੜੇ ਅਦਬ ਇਤਰਾਮ ਦੇ ਨਾਲ। ਇਹਨਾਂ ਨੇ ਫੁੱਲਾਂ ਦੇ ਹਾਰ ਪਾਏ ਨੇ ਜਨਾਬ ਇਹਨਾਂ ਨੂੰ, ਕਿ ਜੀ ਮਾਰਕਾ ਮਾਰ ਕੇ ਘਰ ਆ ਗਈਆਂ ਨੇ। ਸੌ ਕਿਸਮ ਦੀ ਇਹਨਾਂ ਨੂੰ ਪਰੇਸ਼ਾਨੀ ਹੁੰਦੀ ਹੈ, ਜੰਗਲਾਂ ਦੇ ਵਿੱਚ ਸੌ ਕਿਸਮ ਦੇ ਕੀੜੇ ਮਕੌੜੇ ਹੁੰਦੇ ਨੇ, ਜਿਨ੍ਹਾਂ ਤੋਂ ਇਹ ਸਾਰਾ ਦਿਨ ਮੁਕਾਬਲਾ ਕਰਕੇ ਜ਼ੁਰਤ ਦੇ ਨਾਲ ਅਤੇ ਪਹਾੜਾਂ ਦੇ ਉੱਤੋਂ। ਵੇਖੋ ਨਾਜ਼ਰੀਨ ਇਕਰਾਮ, ਬਹੁਤ ਹੀ ਉੱਚੇ ਪਹਾੜ ਨੇ। ਇਹ ਵੇਖੋ ਇਹਨਾਂ ਪਹਾੜੀਆਂ ਦੇ ਉੱਤੇ ਚਰਾਈ ਕਰਾ ਕੇ ਅਤੇ ਜਨਾਬ ਇਹ ਆਉਂਦੀਆਂ ਥੱਲੇ। ਔਰ ਗੋਡਸ ਮਾਸਟਰ ਦੇ ਅਜ਼ੀਮ ਦੋਸਤੋ, ਗੁਜਰਾਤੀ ਬੀਤਲ ਬੱਕਰੀਆਂ ਦਾ ਆਪਣਾ ਮੁਕਾਮ ਹੈ, ਇਹਨਾਂ ਦਾ ਆਪਣਾ ਮੁਕਾਮ ਹੈ। ਠੀਕ ਹੈ, ਬਾਜ਼ ਔਕਾਤ ਦੋਸਤ ਤਰ੍ਹਾਂ ਤਰ੍ਹਾਂ ਦੀਆਂ ਬਹਿਸ ਮੁਬਾਸਾ ਕਰਦੇ ਰਹੇ ਗਰੁੱਪਾਂ ਦੇ ਵਿੱਚ, ਅੱਲਾ ਪਾਕ ਉਹਨਾਂ ਦੀ ਖੈਰ ਕਰੇ। ਮੇਰਾ ਕਿਸੇ ਦੇ ਨਾਲ ਕਿਸੇ ਦਿਲ ਅਜ਼ਾਰੀ ਨਾਲ ਕੋਈ ਮਕਸਦ ਨਹੀਂ। ਹੁਣ ਇਸ ਗੱਲ 'ਤੇ ਕੋਈ ਬੰਦਾ ਗਰੁੱਪ ਦੇ ਵਿੱਚ ਜ਼ਿਰਾ ਨਾ ਕਰੇ ਕਿ ਜੀ ਹੁਣ ਗੁਰ ਸਾਹਿਬ ਨੇ ਚਕਵਾਲ ਗਏ ਸਨ ਅਤੇ ਚਕਵਾਲ ਦੀ ਮਿੱਟੀ ਨਾਲ ਵਫਾਦਾਰੀ ਨਹੀਂ ਕੀਤੀ, ਕਿ ਚਕਵਾਲ ਦੀਆਂ ਬੱਕਰੀਆਂ ਦਾ ਪ੍ਰੋਗਰਾਮ ਕਿਉਂ ਬਣਾ ਲਿਆ ਇਹਨਾਂ ਨੇ। ਭਾਈ ਇਹ ਗੱਲ ਤੁਹਾਡੀਆਂ ਕਰਨੀਆਂ ਬੇਬੁਨਿਆਦ ਨੇ। ਮੈਨੂੰ ਚਕਵਾਲ ਦਾ ਇਲਾਕਾ ਬਹੁਤ ਚੰਗਾ ਲੱਗਦਾ, ਚਕਵਾਲ ਦੇ ਬੰਦੇ ਬਹੁਤ ਅੱਛੇ ਨੇ, ਸਾਰੇ ਮਹਿਮਾਨ ਨਵਾਜ਼ ਨੇ, ਮਾਸ਼ਾਅੱਲਾ ਸਾਰਿਆਂ ਸਾਡੀ ਰਿਸਪੈਕਟ ਕੀਤੀ ਹੈ, ਔਰ ਸਾਨੂੰ ਸਾਰਿਆਂ ਨੇ ਵੱਧ ਤੋਂ ਵੱਧ ਇੱਜ਼ਤ ਨਾਲ ਨਵਾਜ਼ਿਆ ਜੀ।
ਅਸੀਂ ਇਹਨਾਂ ਦੇ ਸ਼ੁਕਰਗੁਜ਼ਾਰ ਹਾਂ ਜਨਾਬ, ਅੱਲਾਹ ਤਾਲਾ ਦੇ ਵੀ ਸ਼ੁਕਰਗੁਜ਼ਾਰ ਹਾਂ ਜਿਹਨੇ ਸਾਨੂੰ ਅੱਛੇ ਦੋਸਤ ਮਿਲਾਏ। ਮੋਹਤਰਮ ਮੁਕਰਮ ਇੱਜ਼ਤ ਮਾਬ, ਮੇਰੇ ਅਜ਼ੀਮ ਦੋਸਤ ਨੇ ਬੱਕਰੀ ਦੇ ਬੱਚਿਆਂ ਨੂੰ ਜਨਾਬ ਮਿਲਾਇਆ ਬੱਕਰੀ ਦੇ ਨਾਲ, ਤਾਂ ਕਿ ਕੁਝ ਬੱਚੇ ਚੌਖੇ ਨਾ ਸਮਝ ਹੁੰਦੇ ਨੇ, ਉਹਨਾਂ ਨੂੰ ਨਹੀਂ ਪਤਾ ਲੱਗਦਾ ਆਪਣੇ ਵਾਲਦੈਨ ਦਾ, ਉਹ ਦੂਜਿਆਂ ਦੇ ਘਰਾਂ 'ਚ ਟੁਰ ਜਾਂਦੇ ਨੇ। ਅਤੇ ਇਹਨਾਂ ਨੇ ਜਨਾਬ ਉਹਨਾਂ ਨੂੰ ਵਾਲ ਕੇ ਲਿਆਂਦਾ, ਮਾਸ਼ਾਅੱਲਾ ਬਹੁਤ ਅੱਛਾ ਕੰਮ ਕੀਤਾ ਉਹਨਾਂ ਨੇ। ਦੇਖੋ ਮਾਸ਼ਾਅੱਲਾ ਬੱਚੇ ਪੁਰਸਕੂਨ ਤਰੀਕੇ ਦੇ ਨਾਲ ਦੁੱਧ ਪੀ ਰਹੇ ਨੇ ਜੀ। ਅਸਲਾਮ ਅਲੈਕੁਮ ਜੀ। ਅਸਲਾਮ ਅਲੈਕੁਮ। ਵਾਲੇਕੁਮ ਅਸਲਾਮ। ਕੀ ਨਾਂ ਤੁਹਾਡਾ? ਰਈਸ ਨਾਮ ਹੈ ਮੇਰਾ। ਰਈਸ ਸਾਹਿਬ ਮਾਸ਼ਾਅੱਲਾ, ਅਤੇ ਬੱਕਰੀਆਂ ਤੁਹਾਡੀਆਂ ਨੇ ਸਾਰੀਆਂ ਜੀ? ਆਪਣੀਆਂ। ਮਾਸ਼ਾਅੱਲਾ ਮਾਸ਼ਾਅੱਲਾ। ਪਿਆਰੇ ਭਾਈ, ਇਹ ਕਿਹੜੀ ਨਸਲ ਦੀਆਂ ਬੱਕਰੀਆਂ? ਇਹ ਪਹਾੜੀ ਨਸਲ ਦੀਆਂ। ਚਕਵਾਲ ਦੀਆਂ? ਜੀ ਚਕਵਾਲ ਦੀ। ਮਾਸ਼ਾਅੱਲਾ। ਕਿੰਨਾ ਚਿਰ ਹੋ ਗਿਆ ਬੱਕਰੀਆਂ ਰੱਖਦੇ? ਤਕਰੀਬਨ ਬਹੁਤ ਵਰਸ ਹੋ ਗਿਆ। ਬੜੇ ਸਾਲ ਜ਼ਿੰਦਗੀ ਗੁਜ਼ਰ ਗਈ ਹੈ। ਜੀ ਜੀ ਜੀ। ਅਤੇ ਆਪਣੇ ਕੋਈ ਜਿਹੜੀਆਂ ਬੱਕਰੀਆਂ ਨੇ, ਕੋਈ ਦੋਸਤ ਕੋਈ ਸ਼ੌਕ ਨਾਲ ਲੈਣਾ ਚਾਹੇ ਤਾਂ ਕੋਈ ਦੇ? ਹਾਂ ਦੇ ਛੋੜੇ ਜੀ। ਦੇ ਛੋੜ ਦਿਓ ਜੀ। ਦੇ ਰਾਬਤਾ ਨੰਬਰ ਵੀ ਆ ਜੇ। ਹਾਂ ਮੋਬਾਈਲ ਨੰਬਰ ਬੋਲੋ ਨੰਬਰ ਆਪਣਾ 0318-53-9936। 936 ਜੀ। ਤੁਹਾਡਾ ਅਸੀਂ ਵੇਖਿਆ ਇਲਾਕਾ ਮਾਸ਼ਾਅੱਲਾ ਬੜਾ ਦੁਸ਼ਵਾਰ ਹੈ, ਅਗਰ ਕਿਸੇ ਬੰਦੇ ਨੂੰ ਬੱਕਰੀ ਤੁਹਾਡੀ ਪਸੰਦ ਆ ਜਾਂਦੀ ਹੈ ਤਾਂ ਕਿਸ ਤਰ੍ਹਾਂ ਬੰਦਾ ਤੁਹਾਡੇ ਲਈ ਪਹੁੰਚਣ ਦੇ ਅੱਗੇ ਲੈ ਆਉਂਦੇ ਬੰਦਿਆਂ ਨੂੰ ਰਿਸੀਵ ਕਰ ਲੈਂਦੇ ਹੋ? ਹਾਂ ਰਾਬਤਾ ਕਰ ਗਏ ਉਹਨਾਂ ਨੂੰ ਜੀ, ਉਹਨਾਂ ਪਤਾ ਸ਼ਤ ਦੇ ਛੁੱਟਾ ਉਹਨਾਂ। ਰਈਸ ਭਾਈ, ਸਰਦੀ ਬੇਪਨਾਹ ਪੈਂਦੀ ਹੈ, ਗਰਮੀ ਬੇਪਨਾਹ ਪੈਂਦੀ ਹੈ, ਮੁਖਤਲਿਫ ਕਿਸਮ ਦੀਆਂ ਤੁਹਾਨੂੰ ਦੁਸ਼ਵਾਰੀਆਂ ਹੁੰਦੀਆਂ ਨੇ, ਕਿਸ ਤਰ੍ਹਾਂ ਮਤਲਬ ਤੁਸੀਂ ਸਾਰਾ ਦਿਨ ਇਹਨਾਂ ਨੂੰ ਬਰਦਾਸ਼ਤ ਕਰਦੇ ਹੋ? ਬਸ ਮਜ਼ਬੂਰੀ ਇਹਨਾਂ ਨਾਲ ਛਿੜੇ। ਥੋੜ੍ਹਾ ਉੱਚਾ ਬੋਲੋ, ਉੱਚਾ ਬੋਲੋ, ਕੁਝ ਨਹੀਂ ਬਸ ਰੱਖੀਆਂ ਸ਼ੌਕ ਨਾਲ ਇਹਨਾਂ ਨੂੰ ਬਸ ਚੜ੍ਹਨਾ ਪੈ ਗਿਆ। ਜਦੋਂ ਸਰਦੀ ਹੁੰਦੀ ਉਦੋਂ ਬਾਰਿਸ਼ ਹੁੰਦੀ ਉਦੋਂ ਕਿਸੇ ਕਿਵੇਂ ਗੁਜ਼ਾਰਦੇ ਦਿਹਾੜਾ? ਉਹ ਵੀ ਨਾਲ ਹੀ ਆ ਜਿਹੜਾ ਬੱਕਰੀਆਂ ਨਾਲ ਹੀ ਆ ਜੀ ਜੀ ਦਿਹਾੜੀ ਤੋਂ ਭੇਜਦੀਆਂ ਰਹਿੰਦੀਆਂ ਨੇ ਜੀ। ਬੱਕਰੀਆਂ ਜਦੋਂ ਭਿੱਜ ਜਾਂਦੀਆਂ ਇਹਨਾਂ ਨੂੰ ਕੋਈ ਮਸਲਾ ਨਹੀਂ ਹੁੰਦਾ? ਨਹੀਂ ਕੁਝ ਵੀ ਨਹੀਂ। ਜਿਹੜੀ ਇਹਨਾਂ ਦੇ ਉਹਨੇ ਬਰਦਾਸ਼ਤ ਕਰਦੀ? ਹਾਂ ਉਹਨੂੰ ਬਰਦਾਸ਼ਤ ਕਰ ਜੀ। ਕੋਈ ਸਰਦੀ ਗਰਮੀ ਨਾ ਕੋਈ ਨਹੀਂ? ਕੋਈ ਨਹੀਂ ਨਹੀਂ ਕੁਝ। ਕਿਹੜੀ ਕਿਹੜੀ ਮਜ਼ੀਦ ਇੱਥੇ ਦੁਸ਼ਵਾਰੀ ਤੁਹਾਨੂੰ ਪੇਸ਼ ਆਉਂਦੀ ਹੈ, ਕਿਹਦੀ ਮੁਸ਼ਕਲ ਬਣਦਾ ਜੇ ਤੁਹਾਨੂੰ? ਕੋਈ ਨਹੀਂ ਮੁਸ਼ਕਲ ਹੈ ਜੀ, ਕੋਈ ਨਹੀਂ। ਅੱਛਾ ਗਰਮੀਆਂ ਸਰਦੀਆਂ ਚ ਜ਼ਿੰਦਗੀ ਪਹਾੜਾਂ 'ਚ ਤੁਹਾਨੂੰ ਸੌਖਾ ਲੱਗਦਾ ਕੰਮ? ਜ਼ਿਆਦਾ ਸੌਖਾ ਕੰਮ। ਮੈਦਾਨੀ ਇਲਾਕੇ 'ਚ ਕਾਮਯਾਬ ਹੋ? ਜੀ ਮੈਦਾਨੀ ਇਲਾਕੇ ਜੀ। ਇਹ ਪਹਾੜੀ ਇਲਾਕੇ ਠੀਕ ਹੈ? ਇਹ ਠੀਕ ਹੈ ਤੁਹਾਡਾ ਜੀ? ਇਹ ਕੰਮ ਠੀਕ ਹੈ ਸਰ। ਮੈਦਾਨੀ ਇਲਾਕਾ ਨਹੀਂ ਸਹੀ ਹੈ ਜੀ, ਯਾਨੀ ਕਿ ਤੁਹਾਨੂੰ ਜ਼ਿਆਦਾ ਸੋਹਣਾ ਇਹ ਲੱਗਦਾ ਜੀ? ਪਿਆਰੇ ਭਾਈ, ਅਤੇ ਪਹਾੜ 'ਚ ਜ਼ਿਆਦਾ ਖੁਸ਼ ਰਹਿੰਦੇ ਹੋ? ਜੀ ਖੁਸ਼ ਰਹਿੰਦੇ। ਮੈਦਾਨੀ ਇਲਾਕੇ ਜੇ ਤੁਹਾਨੂੰ ਬੰਦਾ ਛੱਡ ਆਵੇ ਰੇਤ ਰੇਤ ਪਹਾੜਾਂ ਦਾ ਪਹਾੜਾਂ ਨੂੰ ਛੱਡ ਕੇ ਉੱਥੇ ਗੁਜ਼ਾਰਾ ਕਰ ਲਓ? ਤੇ ਨਹੀਂ ਉੱਧਰ ਨਹੀਂ ਗੁਜ਼ਾਰਾ, ਨਹੀਂ ਗੁਜ਼ਾਰਾਉਣਾ ਹੈ ਜੀ। ਇੱਥੇ ਠੰਡੀਆਂ ਹਵਾਵਾਂ 'ਚ ਮਸਤ ਤੁਸੀਂ? ਜਾ ਇੱਥੇ ਠੀਕ ਹੈ ਸਾਡਾ ਜੀ, ਇਹ ਪਹਾੜੀ ਇਲਾਕਾ ਸਾਡੇ, ਪਹਾੜੀ ਇਲਾਕਾ ਹੈ। ਅਤੇ ਜਦੋਂ ਬਾਰਿਸ਼ ਹੁੰਦੀ ਹੈ ਸਰਦੀਆਂ ਵਿੱਚ ਜੀ ਜੀ, ਉਦੋਂ ਕੀ ਕਰਦੇ ਹੋ ਠੰਡੀਆਂ ਹਵਾਵਾਂ ਦੇ ਵਿੱਚ? ਉਹ ਵੀ ਬਾਰੀ ਬਾਰੀ ਜੀ ਬਾਰੀ ਆਸਾਨੀ ਦੇ ਨਾਲ ਆਸਾਨੀ ਨਾਲ ਬਰਦਾਸ਼ਤ ਕਰ ਲੈਂਦੇ? ਬਰਦਾਸ਼ਤ ਕਰ ਲਾਂ। ਅਤੇ ਕੋਈ ਇੱਥੇ ਬੰਦਾ ਪੁੱਛੋ ਆਉਂਦਾ ਕੋਈ ਤੁਹਾਡੀ ਹੈਲਪ ਕਰਨ ਵਾਸਤੇ? ਹਾਂ ਪੁੱਛਾਉਂਦੇ ਨੰਗਾਰਾ ਲਗਲਾ ਆਉਂਦਾ ਜਾਂ ਕੋਈ ਯਾਰ ਬੇਲੀ ਵੀ ਆਉਂਦਾ? ਨਹੀਂ ਨਹੀਂ ਭਾਈ ਵੀ ਆਉਣ ਜੀ, ਅਤੇ ਸੰਗੀ ਸਾਥੀ ਵੀ ਆਉਣ। ਆਪਣਾ ਜਿਹੜਾ ਜ਼ਾਤੀ ਜਿਹੜਾ ਤੁਹਾਡਾ ਨਿਜ਼ਾਮ ਹੈ ਜ਼ਿੰਦਗੀ ਦਾ ਜੀ, ਖਾਣ ਪੀਣ ਦੀ ਗੈਰ ਜ਼ਰੂਰੀਆਤ ਜੀ, ਉਹ ਕਿਸ ਤਰ੍ਹਾਂ ਪੂਰੀਆਂ ਕਰਦੇ ਹੋ? ਉਹ ਬੱਕਰੀਆਂ ਵਿੱਚ ਵੀ ਸਭ ਬੱਕਰੀਆਂ ਵਿੱਚ ਪੂਰਾ ਕਰਦੇ? ਬੱਕਰੀਆਂ ਵਿੱਚ ਜੀ, ਬੱਕਰੀਆਂ ਵਿੱਚ ਆਸਾਨੀ ਨਾਲ ਹੋ ਜਾਂਦਾ? ਆਸਾਨੀ ਨਾਲ। ਕੋਈ ਐਸੀ ਫਰਿਆਦ ਤਾਂ ਨਹੀਂ ਜਿਹੜੀ ਕੋਈ ਗੌਰਮੈਂਟ ਨਾਲ ਕਰਨੀ ਹੋਵੇ? ਨਹੀਂ ਕੁਝ ਵੀ। ਕਿ ਕੋਈ ਬੰਦਾ ਤੁਹਾਡੀ ਹੈਲਪ ਤੇ ਆਵੇ? ਨਹੀਂ ਕੁਝ। ਤੁਹਾਨੂੰ ਕੋਈ ਐਸੀ ਸਹੂਲਤ ਫਰਾਮ ਕਰੇ? ਨਹੀਂ ਨਹੀਂ ਕੁਝ ਜੀ, ਕੁਝ ਨਹੀਂ। ਆਪਣੀ ਮਦਦ ਆਪ ਅੱਲਾਹ ਦੀ ਤਵੱਕਾ ਰੱਖਦੇ ਹੋ? ਜੀ ਆਪ ਅੱਲਾਹ ਤੇ ਅੱਲਾਹ ਦੀ ਤਵੱਕਾ ਰੱਖਦੇ ਹੋ ਜੀ? ਬੰਦਿਆਂ ਦੀ ਮਦਦ ਦੀ ਲੋੜ ਕੋਈ ਨਹੀਂ? ਕਿਸੇ ਦੀ ਲੋੜ ਜੀ? ਕਿਸੇ ਦੀ ਲੋੜ? ਕਿਸੇ ਦੀ ਲੋੜ ਨਹੀਂ? ਨਹੀਂ। ਅੱਲਾਹ ਵੱਡਾ ਬੇਨਿਆਜ਼ ਹੈ ਜੀ, ਅੱਲਾਹ ਬੇਪਰਵਾਹ ਹੈ ਜੀ, ਅੱਲਾਹ ਮਦਦ ਕਰਨ ਵਾਲਾ ਜੀ, ਨਿਗਹਬਾਨ ਹੈ ਜੀ, ਮਾਲਕ ਹੈ ਮਾਲਕ ਹੈ ਜੀ ਜੀ, ਹਰ ਚੀਜ਼ ਦਾ ਮਾਲਕ ਹੈ ਜੀ, ਹਰ ਚੀਜ਼। ਸੁਭਾਨ ਅੱਲਾਹ,
ਅੱਲਾ ਪਾਕ ਹੈ, ਅੱਲਾ ਸਭ ਤੋਂ ਵੱਡਾ ਹੈ, ਅੱਲਾ ਦੀ ਮਦਦ ਮਿਲ ਜਾਏ ਤੇ ਹੋਰ ਕਿਹਦੀ ਮਦਦ ਚਾਹੀਦੀ ਹੈ? ਕਿਸੇ ਦੀ ਮਦਦ ਨਹੀਂ ਚਾਹੀਦੀ। ਇਸ ਟਾਈਮ ਕਿੰਨੀਆਂ ਬੱਕਰੀਆਂ ਤੁਹਾਡੇ ਕੋਲ? ਬੱਕਰੀਆਂ 50-60 ਬੱਕਰੀਆਂ। 50-60 ਬੱਕਰੀਆਂ ਟੋਟਲ ਇੰਨੀਆਂ ਰੱਖੀਆਂ ਜਾਂ ਵਿੱਚ ਵੇਚਦੇ ਰਹਿੰਦੇ ਹੋ? ਵੇਚਦੇ ਰਹਿੰਦੇ। ਤੁਹਾਡੇ ਕੋਲ ਜ਼ਿਆਦਾਤਰ ਬੱਕਰੀਆਂ ਸ਼ੌਕ ਵਾਲੇ ਲੈ ਕੇ ਜਾਂਦੇ ਨੇ ਜਾਂ ਕਸਾਈ ਲੈ ਕੇ ਜਾਂਦੇ ਨੇ? ਸ਼ੌਕ ਵਾਲੇ। ਕਸਾਈ ਵੀ ਲੈ ਕੇ ਜਾਂਦੇ ਨੇ? ਨਹੀਂ, ਕਸਾਈਆਂ ਨੇ। ਆਮ ਫੈਮ ਤੁਹਾਡੀ ਬੱਕਰੀ ਦਾ ਕੀ ਰੇਟ ਹੈ? ਤਕਰੀਬਨ 1,00,000 ਤੋਂ 2,00,000, 2.5 ਲੱਖ। ਠੀਕ ਜੀ। ਕੋਈ ਬੱਕਰੀ ਮੁਖਤਲਿਫ ਰੇਟ ਹੈ ਜੀ? ਜੀ। ਨਜ਼ਰੀਨ ਇਕਰਾਮ ਮਾਸ਼ਾਅੱਲਾ, ਕੀ ਨਾਮ ਦੱਸਿਆ? ਨਫੀਸ। ਰਈਸ ਨਾਮ ਹੈ ਡਰਿਆਲਾ। ਰਈਸ ਨਾਮ ਕਿਹੜਾ ਪਿੰਡ? ਡਰਿਆਲਾ ਕੌਣ? ਡਰਿਆਲਾ ਕੌਣ ਜੀ? ਜੀ ਤੁਸੀਂ ਪਿੰਡ ਦੇ ਹੋ ਜੀ? ਜਿਹੜਾ ਮਲਿਕ ਜ਼ਬੈਰ ਸਾਹਿਬ ਦਾ ਪਿੰਡ ਹੈ ਜੀ। ਮਾਸ਼ਾਅੱਲਾ ਮਾਸ਼ਾਅੱਲਾ, ਸਦਕੇ ਜਾਂ ਮਾਸ਼ਾਅੱਲਾ, ਕਿਆ ਬਾਤ ਹੈ ਜਨਾਬ ਤੁਹਾਡੀ? ਜਨਾਬ ਮਲਿਕ ਜ਼ਬੈਰ ਸਾਹਿਬ ਦੇ ਪਿੰਡ ਦੇ ਬੰਦੇ ਨੇ ਜਨਾਬ, ਅਤੇ ਇਹਨਾਂ ਨੂੰ ਬੱਕਰੀਆਂ ਰੱਖੀਆਂ ਨੇ ਚਕਵਾਲੀ ਬੀਤਲ। ਇਹ ਬੀਤਲ ਕੁਆਲਿਟੀ 'ਚ ਆਉਂਦੀ ਹੈ? ਨਹੀਂ, ਇਹ ਸਿੰਘਾਂ ਵਾਲੀਆਂ, ਜੱਤੂ ਵਾਲੀਆਂ ਬੱਕਰੀਆਂ। ਜੱਤੂ ਵਾਲੀਆਂ ਬੱਕਰੀਆਂ? ਜੱਤੂ ਵਾਲੀਆਂ। ਪਹਾੜੀ ਜੀ? ਪਹਾੜੀ। ਯਾਨੀ ਕਿ ਬੀਤਲ ਨਾਲ ਇਹਨਾਂ ਦਾ ਕੋਈ ਤਲਕ ਨਹੀਂ? ਨਹੀਂ, ਕੋਈ ਤਲਕ ਨਹੀਂ। ਬੀਤਲ ਤੋਂ ਅਲੱਗ ਨਹੀਂ ਉਂਝ? ਇਹਨਾਂ ਦੇ ਕੱਦ ਬਹੁਤ ਵੱਡੇ ਨੇ ਜਾਂ ਜੀ? ਇਹਨਾਂ ਦੇ ਕੱਦ ਬਹੁਤ ਨਸਲੋਰ ਹੈ। ਨਸਲੋਰ ਨਸਲੋਰ। ਇਹਨਾਂ ਨੂੰ ਲਬੁੱਚੜ ਬੱਕਰੀ ਕੁਝ ਬੰਦੇ ਕਹਿੰਦੇ ਨੇ, ਤੁਸੀਂ ਇਹਨਾਂ ਨੂੰ ਕੀ ਕਹਿੰਦੇ ਹੋ? ਅਸਾਂ ਨਾਲ ਜੱਤੂ ਵਾਲੀਆਂ ਬੱਕਰੀਆਂ। ਜੱਤੂ ਵਾਲੀਆਂ ਜੀ? ਜੱਤੂ। ਯਾਨੀ ਕਿ ਤੁਹਾਡੀ ਜ਼ਬਾਨ 'ਚ ਜਿਹਦੇ ਵਾਲ ਵੱਡੇ ਨੂੰ ਜੱਤੂ ਵਾਲੀਆਂ ਬੋਲਦੇ? ਜੱਤੂ ਵਾਲੀਆਂ ਬੱਕਰੀਆਂ ਜੀ। ਪਹਾੜੀ ਬੱਕਰੀਆਂ। ਠੀਕ ਹੋ ਗਿਆ। ਅਤੇ ਮੈਨੂੰ ਇਹ ਗੱਲ ਦੱਸੋ ਕਿ ਜਦੋਂ ਕੋਈ ਐਸਾ ਕੋਈ ਗਮੀ ਖੁਸ਼ੀ ਦਾ ਟਾਈਮ ਆਉਂਦਾ ਤਾਂ ਕਿਸ ਤਰ੍ਹਾਂ ਬਰਦਾਸ਼ਤ ਕਰਦੇ ਹੋ ਸਰ? ਕਿਸ ਤਰ੍ਹਾਂ ਕਵਰ ਕਰਦੇ ਹੋ? ਗੱਲਾਂ ਖੋਲੇ ਕਰੋ ਯਾਰ। ਮੈਂ ਨਾ ਲਈਆਂ ਵਾ ਤੋ ਕੋਈ ਮਜਬੂਰੀ ਬਣ ਗਿਆ, ਕੋਈ ਸੰਗੀ ਸਾਥੀ ਆ ਗਿਆ ਜੀ ਜਾਇਆ ਕੋਲ ਜੀ, ਨਹੀਂ ਤਾਂ ਆਪ ਹੀ ਛੱਡਣਾ। ਤੁਸੀਂ ਮੁਕਾਮੀ ਉਹ ਜਿੱਥੇ ਅਸੀਂ ਪਿੰਡ ਤੁਹਾਡੇ 'ਚੋਂ ਆਏ ਹਾਂ ਕਿ ਬੜੀ ਮੁਸ਼ਕਲ ਨਾਲ ਅਸੀਂ ਪਹੁੰਚੇ ਹਾਂ ਜੀ ਜੀ, ਅਤੇ ਤੁਹਾਨੂੰ ਅਸੀਂ ਆਦੀ ਬਣ ਗਏ ਪਿੰਡ ਆਉਣ ਜਾਣ ਰਸਤੇ ਤੋਂ, ਜਾਂ ਫਿਰ ਤੁਹਾਨੂੰ ਮੁਸ਼ਕਲ ਜਾਂ ਮੁਸ਼ਕਲ ਬਣਦੀ ਹੈ ਜਿਲ੍ਹੇ ਬਾਅਦ ਰਾਹ ਕੱਚਾ ਜੀ ਜੀ ਜੀ, ਪਾਣੀ ਛਾਣੀ ਚਾੜਵਾ ਜਾਣ ਬਾਅਦ ਦਿਲ ਇਹ ਨਹੀਂ ਕਰਦਾ ਕਿ ਗੌਰਮੈਂਟ ਕਦੀ ਤੇ ਸੜਕ ਬਣਾ ਦੇ? ਗੌਰਮੈਂਟ ਸੜਕ ਤਾਂ ਬਣਵਾ ਛੋਏ, ਚੰਗੀ ਗੱਲ, ਫਿਰ ਫਾਇਦਾ ਹੋਵੇਗਾ ਜਾਂ ਫਾਇਦਾ ਹੋ ਜਾਏ ਤੇ ਫਿਰ ਮੁਸ਼ਕਲ ਹੀ ਬਣ ਜਾਏਗੀ ਨਾ ਇੱਕ ਜੀ, ਕਿ ਇੱਥੋਂ ਕਾਰਾਂ ਲੰਘਣ ਦੀਆਂ, ਗੱਡੀਆਂ ਲੰਘਣ ਦੀਆਂ, ਬੱਕਰੀਆਂ ਤੋਂ ਮਸਲਾ ਬਣਦਾ ਉਚਰਾਉਣ ਲੱਗਿਆਂ, ਕੋਈ ਗੱਡੀ ਥੱਲੇ ਆ ਗਈ ਕਿਸੇ ਦੀ, ਨਹੀਂ ਕੋਈ ਕੋਈ ਹਾਦਸਾ ਪੇਸ਼ ਆ ਗਿਆ, ਇਸ ਤਰ੍ਹਾਂ ਦਾ ਮਸਲਾ ਨਹੀਂ ਫਿਰ ਬਣੇ? ਕੋਈ ਮਸਲਾ ਨਹੀਂ ਜੀ, ਕੋਈ ਮਸਲਾ ਨਹੀਂ। ਯਾਨੀ ਕਿ ਤੁਹਾਡਾ ਦਿਲ ਕਰਦਾ ਇੱਥੇ ਰੌਣਕ ਹੋਵੇ? ਜਾਂ ਰੌਣਕ ਹੋਣੀ, ਦੁਨੀਆਂ ਇੱਥੇ ਆਬਾਦ ਹੋਵੇ ਆ ਕੇ, ਹੈਂ ਤਾਂ ਕਿ ਇੱਥੇ ਕੋਈ ਦੁਕਾਨਾਂ ਪੈਣ, ਕਦੀ ਬੰਦਾ ਸੇਬ ਖਾਏ ਲੈ ਕੇ, ਕਦੀ ਬੰਦਾ ਇੱਥੋਂ ਜਿੰਨਾ ਪੈਪਸੀਆਂ ਕੋਕ ਪੀਵੇ, ਹੈਂਜੀ, ਕਦੀ ਬੰਦਾ ਸਬਜ਼ੀ ਖਰੀਦੇ ਜੀ। ਇੱਥੇ ਪਹਾੜੀ ਇਲਾਕੇ ਦੇ ਵਿੱਚ ਕੋਈ ਸਬਜ਼ੀ ਝੁੰਗ ਪਾਈ ਜਾਂਦੀ ਹੈ, ਝੁੰਗਾਂ ਜਿਹਨੂੰ ਬੋਲਦੇ ਹੋ ਜੀ, ਝੁੰਗਾਂ ਇੱਥੇ ਆਮ ਲੱਭ ਜਾਂਦੀਆਂ? ਆਮ ਲੱਭ। ਇੱਥੇ ਆਉਣੇ ਇਸ ਟਾਈਮ ਕਿਤੇ ਮੌਜੂਦ ਨਜ਼ਦੀਕ? ਨਹੀਂ ਹੁਣ ਕੋਈ ਪਟ ਲਈਆਂ ਜੇ ਇੱਥੇ ਨੇੜ ਕੋਈ ਨਹੀਂ ਕਿ ਲੋਕ ਲੈ ਜਾਂਦੇ ਪਟ ਕੇ? ਹਾਂ, ਲੋਕ ਪਟ ਕੇ। ਅਤੇ ਹੋਰ ਮਜ਼ੇ ਇੱਥੇ ਕਿਹੜੀ ਮਤਲਬ ਸਬਜ਼ੀ ਵਗੈਰਾ ਜਾਂ ਫਿਰ ਫਸਲ ਇੱਥੇ ਹੁੰਦੀ ਪਹਾੜਾਂ ਦੀ? ਕੋਈ ਫਸਲ ਨਹੀਂ? ਨਹੀਂ, ਹੋਰ ਕੋਈ ਫਸਲ ਨਹੀਂ, ਸਿਰਫ ਜੜੀ ਬੂਟੀਆਂ ਨੇ ਜੀ। ਫਲਾਈ ਵਗੈਰਾ? ਫਲਾਈ ਕਊ 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 ਦਾ ਬੂਟਾ ਵੀ ਇੱਥੇ ਪਾਇਆ ਜਾਂਦਾ? ਹਾਂ ਪਏ। ਬੱਕਰੀਆਂ ਦੀ ਮਰਗੋਨ ਗਜ਼ਾ ਤੁਹਾਡੀ ਕਿਹੜੀ? ਫਲਾਈ ਹੈ, ਕਊ ਫਲਾਈ ਵੀ ਖਾਂਦੀਆਂ, ਕਊ ਵੀ ਖਾਂਦੀਆਂ? ਕਊ ਵੀ ਖਾਂਦੀਆਂ ਜੀ, ਕਊ ਵੀ ਖਾਂਦੀਆਂ। ਮਾਸ਼ਾਅੱਲਾ। ਅਤੇ ਇੱਥੇ ਦੇਸੀ ਘਿਓ ਵਗੈਰਾ ਨਹੀਂ ਹੁੰਦਾ? ਨਹੀਂ, ਉਹ ਕੋਈ ਕੋਈ ਨਹੀਂ ਹੈ, ਕੋਈ ਪਸੰਦ ਦਾ ਪਹਾੜ ਸਾਡਾ ਜੀ, ਖੂਬਸੂਰਤ ਪਹਾੜ ਹੈ ਜੀ। ਪੜ੍ਹਨ ਪਸੰਦ ਕਰਦੇ? ਪਸੰਦ ਕਰਦੇ ਹਾਂ ਜੀ। ਕਦੇ ਦਿਲ ਵਿੱਚ ਅਰਮਾਨ ਨਹੀਂ ਆਇਆ? ਨਹੀਂ, ਕੋਈ ਸਾਡੀਆਂ ਕੋਠੀਆਂ 'ਚ ਬਾਰੇ ਆਉਣ? ਕੁਝ ਵੀ ਨਹੀਂ ਲਾਲਾ ਜੀ, ਸਾਡੀਆਂ ਇਹ ਕੋਠੀਆਂ 'ਚ ਬਾਰੀਆਂ। ਜ਼ਿੰਦਾਬਾਦ ਜ਼ਿੰਦਾਬਾਦ। ਯਾਨੀ ਕਿ ਤੁਸੀਂ ਇੱਥੇ ਖੁਸ਼ ਜਾਂ ਸ਼ੌਕ ਨਾਲ ਰੱਖੀ? ਨਾ, ਸ਼ੌਕ ਨਾਲ ਰੱਖੀ? ਸ਼ੌਕ ਨਾਲ ਜੀ, ਸ਼ੌਕ ਨਾਲ ਰੱਖੀ। ਅਕਸਰ ਪਤਾ ਬੰਦੇ ਸ਼ਹਿਰਾਂ 'ਚ ਬਾਦ ਨੇ, ਤੁਸੀਂ ਇੱਥੇ ਪਹਾੜਾਂ ਦੇ ਵਿੱਚ ਇੱਕ ਬੰਦਾ ਆਉਂਦਾ ਜਾਂਦਾ ਕੋਈ ਨਹੀਂ, ਰੌਣਕ ਨਹੀਂ ਹੈ ਜਿਸ ਤਰ੍ਹਾਂ ਮੈਂ ਵੇਖ ਰਿਹਾ? ਰੌਣਕ ਮੇਲਾ ਬੰਗਾਈ ਵੇਖੋ ਨਾ, ਸਾਰੇ ਰੌਣਕ ਮੇਲੇ ਹੀ ਨੇ ਜੀ ਜੀ। ਮੁਖਤਲਿਫ ਬੰਦੇ ਇੱਥੇ ਵਿਜ਼ਿਟ ਕਰਨ ਆਏ ਨੇ, ਹੈ ਸੈਰ ਤਫਰੀਕ ਕਰਨ ਇੱਥੇ ਬੰਦੇ ਆਉਂਦੇ ਨੇ, ਫਿਰ ਤੁਹਾਨੂੰ ਆ ਕੇ ਸਪੈਸ਼ਲ ਮਿਲਦੇ ਨੇ, ਅਤੇ ਤੁਸੀਂ ਇਹਨਾਂ ਨੂੰ ਚਾਹ ਸ਼ਾਹ ਮੁੱਲ ਵੇਚਦੇ ਹੋ ਕਿ ਫਰੀ ਪਿਲਾਉਂਦੇ ਹੋ? ਫਰੀ 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 ਬੱਕਰੀਆਂ ਦੁੱਧ ਦੀ ਜੀ, ਬੱਕਰੀਆਂ ਬਿਲਕੁਲ। ਯਾਨੀ ਕਿ ਜਿਹੜਾ ਬੰਦਾ ਸੈਰ ਕਰਨ ਇੱਥੇ ਆਵੇ ਜਾ, ਅਤੇ ਚਾਹ ਉਹਨੂੰ ਪਿਓ ਦੇ ਜਾ ਪਿਸਾਂ, ਅਤੇ ਇਲਾਕਾ ਕਿਹੜਾ ਸ਼ਹਿਰ 'ਚ ਹੋਇਆ ਸਾਦਿਨ ਸ਼ਾਹ ਪੈਂਦਾ ਜੀ? ਚੋਆ ਸਾਦਿਨ ਸ਼ਾਹ ਇੱਥੇ ਰਵਾਜਾ ਨਸਿਆ ਨਾ। ਨਾਜ਼ਰੀਨ ਇਕਰਾਮ,
ਮਾਸ਼ਾਅੱਲਾ ਚੂਹੇ ਸਾਧਨ ਸ਼ਾਹ ਜਿਹੜਾ ਬੰਦਾ ਵੀ ਆਵੇ ਅਤੇ ਪਿੰਡ ਦਾ ਨਾਂ ਹੈ ਡਰੈਲਾ ਕੌਣ ਜਨਾਬ ਇਸ ਟਾਈਮ ਪਹਾੜਾਂ ਦੇ ਵਿਚਕਾਰ ਮੌਜੂਦ ਨੇ ਇਹਨਾਂ ਦਾ ਨਾਂ ਕੀ ਹੈ ਰਈਸ ਨਾਂ ਜਨਾਬ ਇਹਨਾਂ ਦਾ ਜਿਹੜਾ ਬੰਦਾ ਇੱਥੇ ਆਵੇ ਦਾ ਬੱਕਰੀਆਂ ਦਾ ਦੁੱਧ ਚੋ ਕੇ ਚਾਹ ਪਿਆਉਣ ਦੇ ਅਤੇ ਪੈਸੇ ਨਹੀਂ ਲੈਣ ਲੱਗੇ ਮਹਿਮਾਨ ਨਵਾਜ਼ ਨੇ ਜੀ ਉਂਝ ਅਲੱਗ ਮਾਮਲਾ ਹੈ ਕਿ ਤੁਸੀਂ ਇਹ ਦੂਰੋਂ ਆਵੋ ਅਤੇ ਆਪਣੀ ਜੇ ਬਿਸਕੁਟ ਖਾਣੇ ਅਤੇ ਨਾਲ ਆਪਣੇ ਲੈ ਕੇ ਆਵੋ ਕਿਉਂਕਿ ਇੱਥੇ ਪਹਾੜਾਂ 'ਚ ਸ਼ਾਇਕ ਨਹੀਂ ਲੱਭਦੀ ਅਤੇ ਆਪਣੇ ਬਿਸਕੁਟ ਦਾ ਚਸਕਾ ਲਾਉਣਾ ਜਾਂ ਫਿਰ ਦੀਗਰ ਕੋਈ ਚੀਜ਼ ਨਾਲ ਖਾਣੀ ਚਾਹ ਦੇ ਉਹ ਤੁਸੀਂ ਆਪਣੀ ਨਾਲ ਲੈ ਕੇ ਆਉਣੀ ਹੈ ਅਤੇ ਚਾਹ ਨਾਲ ਬਿਲਕੁਲ ਫਰੀ ਹੋਵੇ ਦੀ ਅੱਲਾ ਪਾਕ ਦੇ ਫਸਲ ਕਰਨ ਦੇ ਨਾਲ ਖਾਲਸ ਦੁੱਧ ਹੀ ਹੋਵੇ ਜੀ ਕਿਉਂ ਜੀ ਕਿ ਦੁੱਧ 'ਚ ਪਾਣੀ ਛਾਣੀ ਪਾ ਲੈਂਦੇ ਨੀਰੇ ਦੁੱਧ ਹੈਂ ਖਾਲਸ ਦੁੱਧ ਅਤੇ ਮਾਸ਼ਾਅੱਲਾ ਇਹਦੇ ਨਾਲ ਇਜਾਜ਼ਤ ਦਿਓ ਫੀਮਾਨ ਲਾ ਦੋਸਤੋ ਅਗਰ ਚਾਹੇ ਤੁਹਾਨੂੰ ਵੀਡੀਓ ਪਸੰਦ ਆਵੇ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਆ ਜੇ ਅਤੇ ਭਾਈ ਰਈਸ ਸਾਹਿਬ ਨੂੰ ਖੁਸ਼ੀ ਤੌਰ 'ਤੇ ਕਮੈਂਟਾਂ ਦੇ ਨਾਲ ਨਵਾਜ਼ਿਆ ਜੇ ਔਰ ਦੁਆਵਾਂ ਦਿਆ ਜੇ ਕਿ ਅੱਲਾ ਪਾਕ ਇਹਨਾਂ ਦੀ ਜ਼ਿੰਦਗੀ ਆਸਾਨ ਫਰਮਾਏ ਔਰ ਇਹਨਾਂ ਵਾਸਤੇ ਖਸੂਸ ਤੌਰ 'ਤੇ ਦੁਆ ਕਰਿਆ ਜੇ ਇਹ ਵੇਖੋ ਪਹਾੜ ਬਹੁਤ ਮੁਸ਼ਕਿਲ ਜ਼ਿੰਦਗੀ ਜਿਹੜੀ ਮੈਂ ਵੇਖੀ ਕਿਉਂ ਮੈਂ ਸ਼ਹਿਰ 'ਚੋਂ ਆਇਆ ਗੁਜਰਾਤ ਸ਼ਹਿਰ 'ਚੋਂ ਆਇਆ ਇਹ ਵੇਖੋ ਬਹੁਤ ਮੁਸ਼ਕਿਲ ਜ਼ਿੰਦਗੀ ਹੈ ਤੁਸੀਂ ਦੁਆ ਕਰੋ ਅੱਲਾ ਪਾਕ ਇਹਨਾਂ ਨੂੰ ਆਪਣੀ ਹਿਫਾਜ਼ਤ 'ਚ ਰੱਖੇ ਇੱਥੇ ਸਕੂਨ ਵਿੱਚ ਰਹਿਣ ਅੱਲਾ ਪਾਕ ਇਹਨਾਂ 'ਤੇ ਆਪਣੀ ਨਿਗਰਾਨੀ ਰੱਖੇ ਇਹਨਾਂ ਨੂੰ ਕਿਸੇ ਕਿਸਮ ਦਾ ਇੱਥੇ ਮਸਲਾ ਨਾ ਬਣੇ ਠੀਕ ਹੈ ਨਜ਼ਰੀਨ ਕਰਾਮ ਇਹਦੇ ਨਾਲ ਹੀ ਮੈਨੂੰ ਇਜਾਜ਼ਤ ਦਿਓ ਫੀਮਾਨ ਅੱਲਾ ਪਾਕਿਸਤਾਨ ਜ਼ਿੰਦਾਬਾਦ।